ਨਪੋਤਿਆਂ ਦੀ ਅੰਨੀ ਵੀ ਬੇਦਮਾਕੇ, ਤੈਨੂੰ ਫਰਕ ਹੈ ਕਿ ਨਹੀਂ? ਕੀ ਹੋ ਗਿਆ ਮੰਮੀ? ਮੇਰਾ ਧਿਆਨ ਨਹੀਂ ਰਿਹਾ, ਦਿਮਾਗ ਵਾਲੀ ਹਜੇ ਮੈਨੂੰ ਪੁੱਛਦੇ ਕੀ ਹੋ ਗਿਆ? ਆਹ ਸਾਰਾ ਕੁਛ ਤਾਂ ਖੰਡਿਆ ਕੇ ਰੱਖਤਾ ਭਾਈਆਂ ਪਿੱਟੀਏ ਨੀ, ਵੱਡੀ ਤਾਂ ਉਮਰ ਦੀ ਐਂ ਲਈ ਸੀ ਵੀ ਸਚਿਆਰੀ ਹੈ, ਸੋਚ ਸਮਝ ਕੇ ਕੰਮ ਕਰੂਗੀ, ਕਿ ਤੈਨੂੰ ਤਾਂ ਭੋਰਾ ਹੀ ਅਕਲ ਨਹੀਂ ਧੇਲੇ ਦੀ। ਮੰਮੀ ਜੀ ਪਤਾ ਨਹੀਂ ਲੱਗਿਆ ਮੇਰਾ ਧਿਆਨ ਉੱਧਰ ਸੀਗਾ। ਨਾ ਆ ਵੀ ਹੁਣ ਮੈਂ ਦੱਸੂ, ਪੱਠੇ ਕਰ ਪੱਠੇ ਕਰ ਲਾ, ਲਹੂ ਪੀਣੀ ਹੈ, ਕਿੰਨਾ ਕੁ ਪੀਵੇਂਗੀ ਲਹੂ? ਨਹੀਂ ਬੀ ਏ ਪੜ੍ਹਿਆ ਪੁੱਤ ਰੋਲ ਲਿਆ ਮੈਂ ਤੇਰੇ ਮਗਰ, ਤੇਰੇ ਰੱਖੇ ਜੀਆਂ ਪੜ੍ਹਨ, ਤੂੰ ਨਹੀਂ ਲੋਟ ਆਉਂਦੀ, ਦਸ ਪੜ੍ਹੀ ਮਾਰੀ ਮੱਥੇ ਸਾਡੇ, ਸਾਡੇ ਦੁੱਖਦੀ ਹੈ, ਕਰ ਲੈ ਕੁਛ। ਤੈਨੂੰ ਮੈਂ ਕੀ ਕਹਿ ਕੇ ਗਿਆ ਸੀ ਮੈਂ ਕੱਲ ਵੀ ਮੈਂ ਗੋਹਾ ਆਪੇ ਸਿੱਟ ਦੂੰਗਾ, ਤੂੰ ਫੇਰ ਨਹੀਂ ਹਟਦੀ, ਦੁੱਧ ਪਾਣ ਕੀ ਵਗ ਗਿਆ ਨਾਲ ਦੀ ਨਾਲ ਸਿੱਟਤਾ ਤੈ ਗੋਹਾ। ਮੈਂ ਪੁੱਤ ਇਹ ਸਿੱਟਣਾ ਤਾਂ ਪੈਣਾ ਹੀ ਆ, ਹੋਰ ਕੌਣ ਕਰੂਗਾ ਮੈਨੂੰ ਐਂ ਦੱਸ ਹੈ? ਇਹ ਹੋਰ ਮੈਂ ਤੈਨੂੰ ਆਪ ਕਿਹਾ ਸੀ ਮੈਂ ਸਿੱਟ ਦੂੰ, ਕਿੱਡੀ ਕੀ ਗੱਲ ਹੈ, ਆਪਦੇ ਕੰਮ ਦੀ ਕੋਈ ਬਸ਼ਰਮੀ ਨਹੀਂ ਹੁੰਦੀ ਹੁੰਦੀ? ਮੈਂ ਪੁੱਤ ਚੰਗਾ ਥੋੜੀ ਲੱਗਦਾਗਾ ਤੂੰ ਬਾਹਰ ਗੋਹਾ ਸਿੱਟ ਕੇ ਆਏਗਾ, ਹੈ ਇੱਕ ਤਾਂ ਆਪਣੀ ਰੂੜੀ ਬਾਹਰ, ਲੋਕ ਕੀ ਕਹਿਣਗੇ? ਹੁਣ ਮੇਰੀ ਗੱਲ ਸੁਣ, ਜਮੀ ਜੁੜ ਜਾਏਗੀ ਤੂੰ ਅਰ ਮੰਜੇ 'ਚ ਪੈ ਗਈ ਫਿਰ ਕੀ ਕਰੇਂਗੀ, ਐਂ ਦੱਸ ਪਹਿਲਾਂ ਮੈਨੂੰ ਤੂੰ। ਫੇ ਕੋਈ ਨਹੀਂ ਪੁੱਤ, ਇਹ ਤਾਂ ਜਿਹੜਾ ਹੁਣ ਰੋਗ ਲੱਗ ਗਿਆ ਰੱਬ ਨੇ ਰੋਗ ਲਾ ਤਾ ਮੈਨੂੰ, ਇਹ ਤਾਂ ਹੁਣ ਹਟਦਾ ਨਹੀਂ ਗਾ, ਤੇ ਕੰਮ ਵੀ ਤਾਂ ਕਰਨੇ ਪੈਣੇ ਘਰ ਦੇ, ਹੋਰ ਕੌਣ ਕਰੂ? ਰੋਗ ਤਾਂ ਨਹੀਂ ਹਟਦਾ, ਮਨ ਦਾ ਮੈਂ, ਪਰ ਮੈਂ ਆਹ ਕੰਮ ਤਾਂ ਮੈਂ ਕਰ ਸਕਦਾ, ਨਹੀਂ ਉਹ ਅੰਦਰ ਪਈ ਆ, ਉਹਨੂੰ ਕਹਿ ਦਿਆ ਕਰੋ, ਉਹਨੂੰ ਕੰਮ ਤੇ ਕਾਹਤੋਂ ਨਹੀਂ ਲਾਉਂਦੀ ਹੈਗੀ ਤੂੰ? ਵੇ ਪੁੱਤ ਉਹ ਹਜੇ ਨਵੀਂ ਨਵੇਲੀ ਆ, ਨਵੀਂ ਨਵੇਲੀ ਦਾ ਤਾਂ ਘਰ 'ਚ ਮੋਹ ਹੀ ਮਸਾ ਪੈਂਦਾ, ਤੇ ਨਾਲੇ ਕੋਹੇ ਕੂੜੇ ਨੂੰ ਆਪਾਂ ਲਾਉਂਦੇ ਚੰਗੇ ਨਹੀਂ ਲੱਗਦੇ ਹਜੇ ਉਹਨੂੰ। ਲੈ ਨਵੀਂ ਨਵੇਲੀ ਇਹ ਦੱਸਦੀ ਹੈ, 3 ਮਹੀਨੇ ਵਿਆਹ ਨੂੰ ਹੋ ਗਏ, ਹਜੇ ਨਵੀਂ ਨਵੇਲੀ ਆ ਮਾਂ ਉਹ, ਮਾਂ ਤਾਂ ਹੀ ਤਾਂ ਆਪਾਂ ਨੇ ਵਿਆਹ ਛੇਤੀ ਲਿਆ ਤੀ ਵੀ ਤੂੰ ਬਿਮਾਰ ਹੈ। ਤੇ ਬਥੇਰਾ ਕੰਮ ਕਰਾਉਂਦੀ ਆ ਮੇਰੇ ਨਾਲ, ਤੂੰ ਹੁਣ ਇੱਥੇ ਖੜਾ ਲੜੀ ਜਾਏਗਾ ਮੇਰੇ ਨਾਲ, ਆ ਪੱਠਲ ਚਕਾ ਮੈਨੂੰ ਤਰਾ ਸਿਰ ਤੇ ਮੇਰੇ। ਪਹਿਲਾਂ ਤਾਂ ਮੈਂ ਜਾਣਦਾ ਤੇਰੇ ਨਾਲ ਕਿੰਨਾ ਕੁ ਕੰਮ ਕਰਾਉਂਦੀ ਹੈ, ਤੈਂ ਰੋਕ ਰੱਖਿਆ ਮੈਂ, ਮੈਨੂੰ ਐਂ ਦੀ ਮੈਂ ਤੂੰ ਆਪੇ ਲਾ ਲੇਂਗੀ ਹੌਲੀ ਹੌਲੀ ਕੰਮ, ਕਹਿੰਦੀ ਵੀ ਹੈ ਤੂੰ ਮੈਂ ਆਪੇ ਲਾ ਲੂੰਗੀ, ਪਰ ਲਾਉਂਦੀ ਤਾਂ ਕੋਈ ਨਹੀਂ, 3 ਮਹੀਨਿਆਂ ਦਾ ਕੋਈ ਕੰਮ ਲਾਈ ਹੋਊਗੀ ਅੱਜ ਤੱਕ? ਉਹ ਕੋਈ ਨਹੀਂ ਪੁੱਤ, ਲੱਗ ਜੂਗੀ ਕੰਮ ਕਰਨ, ਐਵੇਂ ਨਹੀਂ ਲੜੀਦਾ ਹੁੰਦਾ, ਤੂੰ ਅੱਜ ਚਕਾ ਪੱਠਲ। ਮੈਂ ਲੜਦਾ ਨਹੀਂ ਮਾਂ, ਲੋਕ ਤਾਂ ਬੇਸ਼ਰਮੀ ਫੇਰ ਵੀ ਦੇਣਗੇ ਵੀ ਆਪਦੀ ਮਾਂ ਬਿਮਾਰ ਤੋਂ ਕੰਮ ਕਰਾਈ ਜਾਂਦੇ ਨੇ, ਫੇਰ ਨਹੀਂ ਬੇਸ਼ਰਮੀ ਆਊਗੀ ਜੇ ਕਿਸੇ ਨੇ ਕਹਿਤਾ? ਲੋਕ ਤਾਂ ਬਥੇਰਾ ਕੁਛ ਕਹਿੰਦੇ ਆ, ਲੋਕਾਂ ਦੀ ਨਹੀਂ ਸੁਣੀਦੀ ਹੁੰਦੀ, ਪਰ ਮੈਨੂੰ ਤਾਂ ਪਤਾ ਵੀ ਮੇਰੀ ਮਾਂ ਔਖੀ ਹੁੰਦੀ ਹੈ, ਪਰ ਆਹੋ ਤੂੰ ਮੈਂ ਕੁਛ ਨਹੀਂ ਹੁੰਦਾ, ਮੈਂ ਆਪੇ ਡੇਕ ਲੂੰਗਾ। ਮੈਂ ਸਿੱਟੇ ਹੋਣੇ ਤੂੰ ਮੇਰੇ ਸਿਰ ਤੇ ਧਰਾ ਦੇ। ਨਾ ਸਿਰ ਤਾਂ ਤੇਰਾ ਪਹਿਲਾਂ ਹੀ ਦੁਖਦਾ, ਸਿਰ ਤੇ ਧਰਾ ਦੇ ਦੇ, ਮੈਂ ਆਪੇ ਰੜਕਾ ਲਾ, ਮੈਂ ਚੰਗਾ ਚੁੰਗਾ ਕੁਛ ਨਹੀਂ ਹੁੰਦਾ, ਆਪਦੇ ਕੰਮ ਦੀ ਕੋਈ ਬਸ਼ਰਮੀ ਨਹੀਂ ਹੁੰਦੀ, ਜਾਂ ਚੁੱਪ ਕਰਕੇ ਉਹਨੂੰ ਕੰਮ ਲਾ ਲੈ ਜੇ ਤੈਨੂੰ ਇੰਨੀ ਬਸ਼ਰਮੀ ਆਉਂਦੀ ਹੈ। ਆ ਗਿਆ ਮੈਂ ਤਾਂ ਬਸ 2 ਮਿੰਟਾਂ 'ਚ। ਮੁੰਡਾ ਗੋਹਾ ਸਿੱਟਣ ਗਿਆ, ਜੇ ਇਹਨੂੰ ਕਿਹਦਾ ਯਾਰ ਮਿੱਤਰ ਚੱਕਰ ਗਿਆ ਤਾਂ ਕੀ ਆਖਣਗੇ, ਵੀ ਘਰੇ 2 ਜਨਾਨੀਆਂ ਨੇ ਤੇ ਗੋਹਾ ਵੀ ਨਹੀਂ ਸਿੱਟ ਸਕਦੀਆਂ। ਪਰ ਕੀ ਕਰਾਂ, ਇਹ ਕਿਹੜਾ ਗੱਲ ਸੁਣਦੀ ਹੈ, ਨਹੀਂ ਇਹਨੂੰ ਆਪਦੇ ਆਪ ਸੋਚਣਾ ਚਾਹੀਦਾ ਵੀ ਟਾਈਮ ਨਾਲ ਉੱਠ ਖੜੇ, ਉੱਠ ਕੇ ਘਰ ਦਾ ਕੰਮ ਕਰ ਲਏ। ਚੱਲ ਕੋਈ ਨਹੀਂ, ਹੌਲੀ ਹੌਲੀ ਸਮਝਾਉਂਗੀ ਇਹਨੂੰ, ਕਹੂੰਗੀ ਵੀ ਭਾਈ ਟਾਈਮ ਨਾਲ ਉੱਠ ਕੇ ਕੰਮ ਕਰ ਲਿਆ ਕਰ।
ਮਾਂ ਉਹਨੂੰ ਤਾਂ ਠਾਲ ਦੇ, ਮਾਰ ਦੇ ਬਾਜ ਉਹਨੂੰ, ਕਿਤੇ ਉੱਠ ਜਾ, ਬਹੁਤ ਟਾਈਮ ਹੋ ਗਿਆ, 8:15 ਹੋ ਗਏ। ਆ ਤੂੰ ਉਠਾ ਦੇ ਪੁੱਤ, ਮਾੜਾ ਬੋਲ ਮਾਰ ਦੇ ਜਾ ਕੇ, ਨਾਲੇ ਰੋਟੀ ਰੋਟੀ ਪਕਾ ਲੂਗੀ, ਹੁਣ ਟਾਈਮ ਹੋਇਆ ਪਿਆ ਰੋਟੀ ਦਾ ਵੀ। ਠਾਲ ਦਿੰਦਾ, ਤੂੰ ਨਾ ਮਾਰੀ ਬਾਜ, ਨਾਲੇ ਤੈਨੂੰ ਸਾਰਾ ਕੰਮ ਸੁੱਖ ਕੇ ਨਹੀਂ ਦਿੱਤਾ, ਮਾੜਾ ਮੋਟਾ ਆਰਾਮ ਕਰ ਲਿਆ, ਅਗਰ ਭਾਂਡੇ ਧੋ ਲੂਗੀ ਆਪੇ ਉਹ, ਨਾ ਤੂੰ ਮੰਨੇ ਕਿਸੇ ਕੰਜਰ ਦੀ, ਸਾਰੀ ਉਮਰ ਕੰਮ ਕਰਦੀ ਤੇ ਹੋ ਗਏ ਤੈਨੂੰ, ਹੜ ਜਾਈ ਮਰ ਜਾਏਗੀ ਕਿਤੇ ਕੰਮ ਕਰਦੀ ਕਰਦੀ। ਵੇ ਪੁੱਤ, ਜੰਮਣਾ ਮਰਨਾ ਤਾਂ ਰੱਬ ਦੇ ਵੱਸ ਹੈ, ਜਦੋਂ ਆ ਲੱਗੀ ਫਿਰ ਕਿਹਦੇ ਸਾਰੇ ਦੀ ਗੱਲ ਹੈਗੀ। ਕਿਉਂ ਸਾਰੇ ਦੀ ਕਿਉਂ ਗੱਲ ਨੀ, ਹੁਣ ਜਦੋਂ ਤੂੰ ਬਿਮਾਰ ਹੈ ਉਦੋਂ ਤਾਂ ਉਨੇ ਦਿਨ ਤਾਂ ਮੰਜੇ 'ਚ ਪੈ ਸਕਦੀ ਹੈ। ਕੋਈ ਨੀ, ਪੈ ਜੂੰਗੀ ਮੈਂ ਮੰਜੇ 'ਚ, ਮੈਨੂੰ ਪਤਾ ਨਾ ਮੈਂ ਕੰਮ ਕਰਨ ਵਾਲੇ ਪਏ ਆ ਜਿਹੜੇ, ਉਹ ਕੌਣ ਕਰੂਗਾ ਫਿਰ। ਠਾਲਦਾ ਉਹਨੂੰ, ਮੈਨੂੰ ਇਹ ਕਹਿਣਾ ਬਹੁਤ, ਤੂੰ ਨੀ ਕਹਿੰਦੀ ਉਹਨੂੰ। ਹੈਲੋ, ਉੱਠ ਜਾ ਹੁਣ, ਉਹ ਕੁੰਭਕਰਨ ਦੀ ਭੈਣੇ। ਕੀ ਹੋ ਗਿਆ? ਕੀ ਹੋ ਗਿਆ? 8:15 ਹੋ ਗਏ, 9 ਵਜੇ ਦੀ ਸੁੱਤੀ ਹੋਈ ਹੈ, 11-12 ਘੰਟੇ ਹੋ ਗਏ। ਨਾ ਏਡੀ ਕੀ ਕਲਾੜੀ 'ਚ ਬਾਂਹ ਆ ਗਈ ਹੈ, ਕੱਚੀ ਨੀਂਦ ਠਾਤਾ ਮੈਨੂੰ। ਅੱਛਾ, 11 ਘੰਟੇ ਸੌਂ ਗਏ ਵੀ ਫਿਰ ਵੀ ਕੱਚੀ ਨੀਂਦ ਆਉਂਦੀ ਹੈ, ਮਾੜੀ ਮੋਟੀ ਸ਼ਰਮ ਕਰ ਲੈ। ਮਾਂ ਨੇ ਸਾਰੇ ਕੰਮ ਕਰ ਲਏ, ਉਹ ਗੋਹਾ ਡੇਗਦੀ ਦੀ ਅੱਧ ਵਿਚਾਲੇ ਹਟਾ ਕੇ ਮੈਂ ਡੇਗ ਕੇ ਆਇਆ, ਉਹ ਤੋਂ ਤੁਰਿਆ ਤਾਂ ਉਹ ਨਹੀਂ ਜਾਂਦਾ, ਜੇ ਇੱਕ ਵਾਰੀ ਗੇੜਾ ਖਾ ਕੇ ਡਿੱਗੀ ਨਾ ਉਹ, ਅਰ ਪਛਤਾਵਾਂਗੇ ਆਪਾਂ, ਮੈਂ ਤੈਨੂੰ ਦੱਸਾਂ ਗੱਲ, ਉੱਠ ਜਾ ਕਰ ਸਦੇ ਹਾਂ। ਫਿਰ ਕੀ ਹੋ ਗਿਆ, ਸਵੇਰੇ ਦਿਮਾਗ ਖਰਾਬ ਕਰਨ ਲੱਗ ਜਾਂਦੇ, ਜਾ ਕੇ ਚਾਹ ਲੈ ਕੇ ਆਓ ਮੇਰੇ ਵਾਸਤੇ। ਓਏ, ਜੇ ਮਾੜੀ ਮੋਟੀ ਪੱਲੇ ਸ਼ਰਮ ਹੈਗੀ ਆ ਨਾ, ਘੱਟੋ ਘੱਟ ਬਣੀ ਬਣਾਈ ਚਾਹ ਉੱਠ ਕੇ ਤਾਂ ਪੀ ਲੈ। ਮੇਰੀ ਗੱਲ ਸੁਣ ਲਓ, ਜਦੋਂ ਮੈਂ ਆਪਣੇ ਡੈਡੀ ਦੇ ਘਰੇ ਰਹਿੰਦੀ ਹੁੰਦੀ ਸੀ ਨਾ, ਮੈਂ ਆਹੀ ਟਾਈਮ ਉੱਠਦੀ ਹੁੰਦੀ ਸੀ, ਨਾਲੇ ਮੈਨੂੰ ਉੱਠਦੀ ਨੂੰ ਪਹਿਲਾਂ ਚਾਹ ਚਾਹੀਦੀ ਹੁੰਦੀ ਆ, ਫਿਰ ਕੰਮ ਕੁੰਮ ਦੇਖੇ ਜਾਣਗੇ, ਮੈਥੋਂ ਨਹੀਂ ਹੁੰਦੇ ਐਂ ਕੰਮ। ਮੇਰੀ ਗੱਲ ਸੁਣੋ, ਮੈਂ ਕਿੰਨਾ ਕੁ ਚਿਰ ਬਸ਼ਰਮ ਹੋ ਕੇ ਫਿਰੀ ਜਾਊਂਗਾ, ਮੈਂ ਸਿਰਫ ਤਾਂ ਨਹੀਂ ਬੋਲਦਾ ਤੈਨੂੰ ਵੀ ਮਾਂ ਕੀ ਕਹੂਗੀ, ਅਤੇ ਮੈਨੂੰ ਉੱਤੋਂ ਤੂੰ ਬੋਲੇਂਗੀ ਵੀ ਮਾਂ ਦੇ ਸਾਹਮਣੇ ਮੈਨੂੰ ਆ ਕੁਛ ਕਹਿਤਾ, ਮਾੜਾ ਮੋਟਾ ਆਪਣੇ ਆਪ ਹੀ ਸੋਚ ਲੈ। ਡਿੰਪਲ, ਮੇਰੀ ਗੱਲ ਸੁਣ, ਮੰਨ ਲੈ ਕੀ ਮੈਂ ਇਹੀ ਜੀ ਗਲਤੀ ਕਰਤੀ, ਜੇ ਮਾੜਾ ਜਿਹਾ ਕੰਮ ਮਾਂ ਨੇ ਕਰਤਾ ਫਿਰ ਕੀ ਹੋ ਗਿਆ, ਸਾਰਾ ਦਿਨ ਮੈਂ ਵੀ ਤਾਂ ਲੱਗੀ ਰਹਿੰਦੀ ਹਾਂ। ਯਾਰ ਮੈਨੂੰ ਨਹੀਂ ਪਤਾ ਤੂੰ ਕਿੰਨਾ ਕੰਮ ਕਰਦੀ, ਤੂੰ 5 ਵਜੇ ਉੱਠ ਕੇ ਘੱਟੋ ਘੱਟ ਵਿਹੜਾ ਵੂੜਾ ਸੁੰਭਰ ਲਿਆ ਕਰ, ਗੋਹਾ ਹਟਾ ਦਿਆ ਕਰ। ਹਾਏ ਹਾਏ, 5 ਵਜੇ ਉੱਠ ਕੇ, ਦਿਮਾਗ ਖਰਾਬ ਹੈ ਤੁਹਾਡਾ, ਦਿਨ ਤਾਂ ਚੜ ਲੈਂਦੇ ਕਰੋ। ਚੱਲ ਬਾਬਾ ਆ ਜਾ ਬਾਰੇ, ਮੈਂ ਤਾਂ ਡੰਗਰ ਬੰਨਦਾ, ਆ ਕੇ ਚਾਹ ਤਾਂ ਪੀ ਲੈ। ਕੋਈ ਨੀ, ਪਾ ਕੇ ਰੱਖੋ, ਆਉਂਦੀ ਆ ਮੈਂ ਚਾਹ ਪੀ ਲੈਂਦੀ ਹਾਂ। ਕਹੇ ਜੇ ਨੇ ਗੇ, ਆਪ ਤਾਂ ਇਹਦੀ ਮਾਂ ਸਾਰਾ ਦਿਨ ਬੈਠੀ ਰਹਿੰਦੀ ਆ, ਮੈਥੋਂ ਕੰਮ ਕਰਾਈ ਜਾਊਗੀ, ਫਿਰ ਇਹ ਮੇਰੇ ਦੁਆਲੇ ਹੋ ਜੂ। ਆਪਣੀ ਮਾਂ ਦੇ ਪਿੱਛੇ ਦਿਲ ਹੈ, ਪੁੱਛ ਕਰਦਾ ਫਿਰੂਗਾ ਹੈ, ਕਦੇ ਸਵੇਰੇ 5 ਵਜੇ ਉੱਠ ਜੂ, ਕਦੇ ਝਾੜੂ ਲਾਉਣ ਲੱਗ ਜੂ, ਕਦੇ ਡੰਗਰਾਂ ਨੂੰ ਨਵਾਉਣ ਲੱਗ ਜੂ। ਮੈਂ ਕਹਿਤਾ ਵੀ ਚਾਹ ਲਿਆ ਤੇ ਗੋਲੀ ਵੱਜ ਗਈ ਇਹਦੇ, ਕੋਈ ਨੀ ਤੁਹਾਨੂੰ ਵੀ ਪਕਾ ਕੇ ਦੇਣੀ ਆ ਪੂੜੇ, ਮੈਂ ਵੀ ਹੁਣ ਦੁੱਧ 'ਚ ਪੱਤੀ ਪਾ ਕੇ ਪੀਊ। ਕੀ ਬੋਲੀ ਜਾਂਦੀ ਹੈ? ਕੀ ਪੁੱਤ ਮੈਨੂੰ ਕੁਛ ਕਿਹਾ? ਚਾਹ ਤਾਂ ਬਣੀ ਪਈ ਹੈਗੀ। ਉਹ ਨਹੀਂ ਮਾਂ, ਤੈਨੂੰ ਨੀ ਕੁਛ ਕਿਹਾ, ਤੇਰੇ ਤੋਂ ਹੀ ਕੰਨ ਵੱਜੀ ਜਾਂਦੇ ਨੇ, ਮੈਂ ਤਾਂ ਆਪਸ 'ਚ ਹੀ ਬੋਲੀ ਜਾਂਦੀ ਸੀਗੀ। ਦੇਖ ਲਾ ਹੈ, ਸਾਰਾ ਦਿਨ ਇਹਦੇ ਕੰਨ ਨਾ ਮੇਰੇ ਕੰਨੀ ਹੁੰਦੇ ਨੇ ਵੀ ਕੀ ਬੋਲਦੀ ਹੈ ਕੀ ਨਾ। ਦੱਸ ਤੂੰ ਵੀ, ਤੂੰ ਸਵੇਰੇ ਉੱਠ ਕੇ ਝਾੜੂ ਲਾਉਣ ਲੱਗ ਗਈ, ਇੱਥੇ ਕਿ ਜੰਜ ਬਿਠਾਉਣੀ ਆ, ਹੈਂ ਰੋਟੀ ਪਾਣੀ ਬਣਾ ਲਾ, ਹੋਰ ਤੈਨੂੰ ਕੰਮ ਨਹੀਂ, ਲੰਗੜੀ ਜੀ ਉਈ ਫਿਰੀ ਜਾਊਗੀ ਕਿਤੇ ਡੰਗਰਾਂ 'ਚ, ਕਦੇ ਕਿਤੇ ਕਦੇ ਕਿਤੇ, ਨਾਲੇ ਮੈਨੂੰ ਲਾ ਕੇ ਰੱਖੂ ਪਿੱਛੇ। ਉਹ ਲਾਤੀਆਂ ਕਿੰਨਾ ਰੋਟੀਆਂ, ਬੜਾ ਸਿਆਪਾ ਜਿਹੜਾ ਤਾਂ, ਤੂੰ ਦੁਬਾਰੇ ਤਾਂ ਨਹੀਂ ਸੌਂਗੀ, ਜਾ ਕੇ ਦੇਖ ਲਾ।
ਵੀ ਦੱਸ ਤੈਨੂੰ ਕਰਦਾ ਪਤਾ ਵੀ ਖੇਤ ਜਾਣਾ ਵੀ ਰੋਟੀਆਂ ਤਾਂ ਲਾ ਦੇ ਪੱਕਾ ਸੌਂਗੀ ਹੋ ਜਾ ਕੇ ਮੈਨੂੰ ਤਾਂ ਦੁਬਾਰੇ ਸੌਂਗੀ ਕਿਤੇ ਕੀ ਹੋ ਗਿਆ ਹੁਣ ਮੈਂ ਤੁਸੀਂ ਆਪਦੇ ਮਾਂ ਵਰਗੇ ਕਿਉਂ ਹੋਈ ਜਾਂਦੇ ਹੋ ਇੱਕ ਤਾਂ ਉਹਨੇ ਮੇਰੀ ਜਾਨ ਖਾਈ ਹੋਈ ਹੈ ਦੂਜਾ ਤੁਸੀਂ ਯਾਰ ਮੈਂ ਮਾਂ ਵਰਗਾ ਕਿਵੇਂ ਹੋ ਗਿਆ ਉਹ ਤਾਂ ਕੰਮ ਕਰਦੀ ਹੈ ਵਿਚਾਰੀ ਉਹਦੇ ਜਿਹਾ ਕੰਮ ਕੌਣ ਕਰ ਲੂਗਾ ਅੱਛਾ ਉਹ ਕੰਮ ਕਰਦੀ ਦਿਖਦੀ ਹੈ ਮੈਂ ਹੀ ਨਹੀਂ ਦਿਖਦੀ ਮੈਂ ਤਾਂ 2 ਮਿੰਟ ਆ ਕੇ ਬਹਿ ਜਾ ਤਾਂ ਉਹ ਦਿਖਦਾ ਤੁਹਾਨੂੰ ਵੀ ਬਹਿ ਗਈ ਆ ਕੇ ਡਿੰਪਲ ਮੰਨਦਾ ਮੈਂ ਤੂੰ ਕੰਮ ਕਰਦੀ ਹੈ ਪਰ ਤੂੰ ਮਾੜਾ ਮੋਟਾ ਉਹ ਮਾਂ ਦਾ ਤਾਂ ਸਾਥ ਵੀ ਤਾਂ ਦਿਆ ਕਰ ਤੂੰ ਰੋਟੀ ਟੁੱਕ ਕਰਦੇ ਰਸੋਈ ਸਾਂਭਦੀ ਹੈ ਤੂੰ ਉਹ ਵੀ ਵੇਲੇ ਕੁ ਵੇਲੇ ਹੁਣ ਤੈਨੂੰ ਪਤਾ ਨਹੀਂ ਮੈਂ 9 ਵੱਜ ਰਹੇ ਨੇ ਮੈਂ ਰੋਟੀ ਲੈ ਕੇ ਜਾਊਂਗਾ ਖੇਤ ਕੀ ਹੋ ਗਿਆ ਖੇਤ ਹੀ ਜਾਣਾ ਖੇਤ ਗਾਹਾਂ ਕੋਈ ਅਫਸਰ ਬੈਠਾ ਜਿਹਨੇ ਤੁਹਾਨੂੰ ਨਾਮ ਦੇਣਾ ਬਾਗ ਜੀ ਕੀ ਹੋ ਗਿਆ ਐਡਾ ਉਹ ਖੇਤ ਲੈਟ ਆ ਰਹੀ ਹੈ ਕੰਮ ਕਰਨਾ ਯਾਰ ਕਣਕ ਨੂੰ ਪਾਣੀ ਲਾਣਾ ਆ ਚੱਕ ਗਲਾਸ ਆ ਲੈ ਮੈਂ ਤਾਂ ਪੀਂਦੀ ਨਹੀਂ ਚਾਹ ਪਹਿਲਾਂ ਨਾ ਤੇਰੀ ਰੋਟੀਆਂ ਸਾੜ ਕੇ ਆਉਣੀਆਂ ਨੇ ਰੋਟੀਆਂ ਹੀ ਲਾਉਣੀਆਂ ਛੱਡ ਦੇ ਤੂੰ ਸਾਰੇ ਕੰਮ ਪਹਿਲਾਂ ਹੁਣ ਤੈਨੂੰ ਮੈਂ ਐਂ ਤਾਂ ਨਹੀਂ ਕਿਹਾ ਵੀ ਚਾਹ ਛੱਡ ਜਾ ਵਿਚਾਲੇ ਆ ਤਾਂ ਪੀ ਜਾਂਦੀ ਹੁਣ ਰੋਟੀ ਨੂੰ ਵੀ ਨਾ ਕਹਿੰਦਾ ਇਹਨੂੰ ਮੈਂ ਦੱਸ ਵੀ ਰੋਟੀ ਪਕਾ ਦੇ ਸਾਲੀ ਜੀ ਆਪ ਨੂੰ ਲਾਉਣੀ ਆਉਂਦੀ ਹੁੰਦੀ ਆਪ ਲਾ ਲੈਂਦਾ ਮੈਂ ਬਸ ਇੱਕ ਰੋਟੀ ਨਹੀਂ ਪਕਾਉਣੀ ਹੁੰਦੀ ਅਤੇ ਮਾਂ ਨੂੰ ਕਹਿੰਦਾ ਉਹਨੂੰ ਵੀ ਔਖਾ ਵਿਚਾਰੀ ਨੂੰ ਸਾਰਾ ਦਿਨ ਤਾਂ ਲੱਠਾ ਪੀਂਘ ਹੁੰਦੀ ਜਾਂਦੀ ਹੈ ਇਹ ਨਹੀਂ ਸਿੱਧੇ ਮੂੰਹ ਗੱਲ ਕਰਦੀ ਮੈਂ ਕਹਿਣਾ ਕੁਛ ਹਾਂ ਜਵਾਬ ਕੁਛ ਦਿੰਦੀ ਹੈ ਕਰਨਾ ਪਊ ਉਹਦੀ ਮਾਂ ਨੂੰ ਫੋਨ ਆਏ ਤਾਂ ਕਿੰਨਾ ਕੁ ਚਿਰ ਜਰੀ ਜਾਵਾਂਗੇ ਉਲਟਾ ਜਵਾਬ ਦਿੰਦੀ ਹੈ ਹਰੇਕ ਗੱਲ ਦਾ ਚਾਹੇ ਕੋਈ ਚੰਗੀ ਗੱਲ ਕਹਿਦਾ ਉਹਦਾ ਸਖੇਤ ਬਿਨਾਂ ਸਰ ਜੂਗਾ ਕਹਿੰਦੀ ਹੈ ਖੇਤ ਸਾਰਾ ਦਿਨ ਖੇਤ ਫਿਰੀ ਜਾਂਦਾ ਖਾਵਾਂਗੇ ਕਿੱਥੋਂ ਪਰ ਮੈਂ ਵੀ ਕਿਹਨੂੰ ਸੁਣਾ ਰਹੀ ਹਾਂ ਲੈ ਮੰਮੀ ਪਰਾਂ ਹੋ ਮੈਂ ਕਰਾਂ ਚੱਲ ਕੋਈ ਨਹੀਂ ਪੁੱਤ ਆਟਾ ਮੈਂ ਗੁੰਨ ਦਿੰਦੀ ਹਾਂ ਤੂੰ ਐਂ ਕਰ ਸਬਜ਼ੀ ਕੱਢ ਕੇ ਨਾ ਫਰਿੱਜ 'ਚੋਂ ਅਤੇ ਗਰਮ ਕਰ ਲੈ ਸਬਜ਼ੀ ਅੰਤ ਤੜਕੇ ਲੱਗੇ ਪਏ ਨੇ ਕਰ ਲਓ ਜਿਹਨੂੰ ਭੁੱਖਾ ਮੈਨੂੰ ਤਾਂ ਭੁੱਖ ਨਹੀਂ ਹੈਗੀ ਪਰਾਂ ਹੋ ਕਰਾਂ ਸਵੇਰ ਦੇ ਬੋਲੀ ਜਾਂਦੇ ਨੇ ਹੁਣ ਜਦੋਂ ਕੰਮ ਕਰਨ ਲੱਗ ਜਾਓ ਉਦੋਂ ਫਿਰ ਕਹਿਣਗੇ ਨਾ ਕਰ ਚੱਲ ਕੋਈ ਨਹੀਂ ਪੁੱਤ ਤੂੰ ਆਟਾ ਗੁੰਨ ਲੈ ਮੈਂ ਸਬਜ਼ੀ ਗਰਮ ਕਰ ਲੈਂਦੀ ਹਾਂ ਲਿਆ ਮੈਂ ਰੋਟੀ ਲਿਆ ਜਾਵਾਂ ਖੇਤ ਮੈਂ ਖਾ ਕੇ ਰੋਟੀ ਲਿਆ ਐਂ ਕਰ ਆ ਪੀੜੀ ਫੜਾ ਮੈਨੂੰ ਮੈਂ ਘਿਓ ਕੱਢ ਦੇਵਾਂ ਫਿਰ ਰੋਟੀ ਪਾ ਦੇਣੀ ਤੈਨੂੰ ਲੈ ਘਿਓ ਕਹਿ ਤਾਂ ਉਹਨੂੰ ਕਹਿ ਦਿੰਦੀ ਉਹ ਕੁਛ ਨਹੀਂ ਕਰਦੀ ਹੈਗੀ ਮਾੜਾ ਮੋਟਾ ਕਹਿ ਦਿਆ ਕਰ ਉਹਨੂੰ ਵੀ ਕੰਮ ਵੀ ਕੀ ਕਹਾਂ ਉਹਨੂੰ ਹੁਣ ਰੋਟੀ ਪਕਾਈ ਜਾਂਦੀ ਆ ਉਹ ਰੋਟੀ ਪਕਾ ਕੇ ਫਿਰ ਤੈਨੂੰ ਪਾ ਕੇ ਦੇ ਦੂੰ ਤੂੰ ਬਹਿ ਕੇ ਖਾ ਲਈ ਪਤਾ ਨਹੀਂ ਕੀ ਤੈਨੂੰ ਡਰ ਲੱਗਦਾ ਵੀ ਉਹਨੂੰ ਸਾਰਾ ਕੁਛ ਕੰਮ ਸਿਖਾ ਦੇ ਤੂੰ ਕਿੰਨਾ ਕੁ ਚਿਰ ਕਰੀ ਜਾਵੇਂਗੀ ਤੜਕੀ 4 ਵਜੇ ਉੱਠਦੀਆਂ ਡੰਗਰਾਂ 'ਚ ਕੋਈ ਨਹੀਂ ਪੁੱਤ ਕੰਮ ਕਰਨਾ ਤਾਂ ਬੁੜੀਆਂ ਦੇ ਕਰਮ ਹੁੰਦੇ ਨੇ ਜੇ ਮੈਂ ਕੰਮ ਕਰਦੀ ਕੋਈ ਥੱਕਦੀ ਨਹੀਂ ਜਿੰਨਾ ਕੁ ਮੈਥੋਂ ਹੁੰਦਾ ਮੈਂ ਕਰੀ ਜਾਂਦੀ ਹਾਂ ਫਿਰ ਦੁਬਾਰੇ ਫਿਰ ਉਹੀ ਗੱਲਾਂ ਮੈਂ ਇਹ ਕਹਿੰਦਾ ਵੀ ਜਿੰਨਾ ਚਿਰ ਬਿਮਾਰ ਆ ਉਨਾ ਚਿਰ ਤਾਂ ਛੱਡ ਦੇ ਕਰ ਲਈ ਲੈ ਮੈਂ ਨਹੀਂ ਹਟਾਉਂਦਾ ਉਨਾ ਚਿਰ ਤਾਂ ਉਹਨੂੰ ਲਾ ਦੇ ਸਿਖਿਆ ਦੇ ਜੇ ਮੈਂ ਜਾਣ ਕੇ ਨਹੀਂ ਕਹਿੰਦਾ ਵੀ ਵਾਧਾ ਵੱਧ ਜੂਗਾ ਮੈਂ ਚੁੱਪ ਤਾਂ ਕਰ ਜਾਣਾ ਵੀ ਹੌਲੀ ਹੌਲੀ ਸਿਖਿਆ ਦੇ ਤੂੰ ਕੁੜੀਆਂ ਦੀਆਂ ਗੱਲਾਂ ਤਾਂ ਤੂੰ ਦੱਸ ਕੀ ਲੈਣਾਗਾ ਤੂੰ ਮੈਨੂੰ ਪੀੜੀ ਫੜਾ ਲੈ ਮੈਂ ਘਿਓ ਕੱਟ ਕੇ ਦੇਵਾਂ ਮੇਰੀ ਜਾਨ ਔਖੀ ਹੁੰਦੀ ਹੈ ਮੈਂ ਤਾਂ ਕਹਿੰਦਾ ਤੁਹਾਨੂੰ ਦੇਖ ਦੇਖ ਕੇ ਤਰਸ ਆਉਂਦਾ ਮੈਨੂੰ ਤੇਰੇ ਤੇ ਵੇ ਕੋਈ ਨਹੀਂ ਸਾਰੀ ਉਮਰ ਹੀ ਕੰਮ ਕੀਤਾ ਤੇ ਹੁਣ ਕਰਦੀ ਹੈ ਫਿਰ ਕਿੱਡੀ ਗੱਲ ਹੈਗੀ ਨਾਲੇ ਹੌਲੀ ਹੌਲੀ ਸਿੱਖ ਜੂਗੀ ਉਹ ਹਜੇ ਹੌਲੀ ਨਿਆਣੀ ਹੈਗੀ ਆ ਹਜੇ ਵੀ ਹੌਲੀ ਹੌਲੀ ਹੈ ਚਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰੀ ਚੱਲੋ ਲਿਆ ਕਰਵਾ ਪੀੜੀ
ਹਜੇ ਮੈਂ ਹੀ ਟੈਨਸ਼ਨ ਨਾ ਲਵਾਂ, ਮੈਨੂੰ ਹੀ ਕਹਿ ਦਿੰਦੇ ਨੇ ਹੋਰ ਤਾਂ ਹੋਰ ਦੇਖ। ਇੱਕ ਉਹ ਆਪ ਤੋਂ ਨਹੀਂ ਸਮਝਦੀ ਹੈਗੀ ਵੀ ਦਿਮਾਗ 'ਚ ਆਉਂਦੇ ਨਹੀਂ ਵੀ ਇਹ ਕਰਕੇ ਮੈਨੂੰ ਰੋਜ਼ ਕਹਿੰਦੇ ਨੇ ਜਾਂ ਕਰਦੇ ਨੇ, ਦੇਖ ਰਹੀ ਹੈ ਕੰਮ ਕਰਦਿਆਂ ਨੂੰ, ਕੁਛ ਤਾਂ ਸਿੱਖ ਲਏ ਇਸ ਗੱਲਾਂ ਤੋਂ। ਲੈ ਕਰਦੀ ਹਾਂ ਆਪਣੀ ਮਾਂ ਨੂੰ ਫੋਨ, ਇਹਨਾਂ ਨੂੰ ਚੰਗੀ ਤਰ੍ਹਾਂ ਦੱਸੋ ਪਤਾ। ਚੱਕ ਲਾ, ਕਿੱਧਰ ਬਹਿ ਗਈ ਜਾ ਕੇ। ਹੈਲੋ, ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਕਿਵੇਂ ਮੇਰੀ ਰਾਣੀ ਧੀ? ਮੈਂ ਤਾਂ ਬਾਗੋ ਬਾਗ ਆ ਮੰਮੀ, ਆ ਬਸ ਹੁਣੇ ਉੱਠੀ ਸੀ, ਆ ਰੋਟੀਆਂ ਫੂਕ ਕੇ ਆਈਆਂ ਇਹਨਾਂ ਦੀਆਂ। ਤੇਰੀ ਸੱਸ ਕੀ ਕਰਦੀ ਹੁੰਦੀ ਹੈ ਪੁੱਤ? ਉਹ ਕਰਦੀ ਹੈ ਡੰਗਰਾਂ ਦਾ ਕੰਮ, ਤਾਂ ਸਾਰਾ ਉਹੀ ਕਰਦੀ ਆ। ਆ ਤਿੰਨ ਚਾਰ ਡੰਗਰ ਜੇ ਬੰਨੇ ਹੋਏ ਨੇ ਘਰੇ, ਸਾਰਾ ਦਿਨ ਉਹਨਾਂ ਦੇ ਮਗਰ ਮਗਰ ਰਹੂਗੀ ਬਸ। ਦਬਕਾ ਪਾ ਕੇ ਰੱਖੀ ਪੁੱਤ, ਨਹੀਂ ਤਾਂ ਤੈਨੂੰ ਗੋਹੇ ਕੂੜੇ 'ਚ ਕਮਲੀ ਕਰ ਦੇਣਗੇ, ਬਣ ਠਣ ਕੇ ਰਿਹਾ ਕਰਨ ਵਾਲੇ। ਲੈ ਮਾਂ, ਤੂੰ ਡੰਗਰਾਂ ਕੰਨੀ ਜਾਣ ਦੀ ਗੱਲ ਕਰਦੀ ਆ, ਉਹ ਮੈਂ ਤਾਂ ਅੱਧਾ ਚੁੱਲ੍ਹੇ ਦਾ ਕੰਮ ਵੀ ਉਹ ਤੋਂ ਹੀ ਕਰਾਉਂਦੀ ਆ, ਮੈਂ ਨਹੀਂ ਕਰਦੀ ਕੁੜਦੀ ਬਾਹਲਾ ਕੰਮ। ਹਾਂ, ਪਰਾਉਣਾ ਤਾਂ ਨਹੀਂ ਕੁਛ ਕਹਿੰਦਾ, ਤੂੰ ਲੇਟ ਉੱਠਦੀ ਆ ਕੁੜੇ। ਉਹ ਮੰਮੀ ਬੋਲਦਾ ਤਾਂ ਬਥੇਰਾ ਇਹ ਮੈਨੂੰ, ਪਰ ਮੈਂ ਨਹੀਂ ਇਹਦੀ ਗੱਲਾਂ ਦਾ ਅਸਰ ਕਰਦੀ। ਤੈਨੂੰ ਪਤਾ ਕੁੱਤਾ ਭੌਂ ਕੇ ਆਪੇ ਮੁੜ ਕੇ ਚੁੱਪ ਕਰ ਜੂ। ਜਦੋਂ ਤੇਰਾ ਕੰਮ ਕਰਨ ਦਾ ਨਾ ਜੀ ਕਰੇ ਨਾ, ਉਦੋਂ ਖੇਸ ਲੈ ਕੇ ਪੈ ਜਾ ਕਰ, ਬਹਾਨਾ ਲਾ ਕੇ ਕਹਿ ਦਿਆ ਕਰ ਮੇਰਾ ਸਿਰ ਦੁਖਦਾ। ਉਹ ਕੋਈ ਨਹੀਂ ਮੰਮੀ, ਤੂੰ ਇਹਨਾਂ ਗੱਲਾਂ ਦੀ ਸੋਚ ਨਾ ਕਰ, ਤੂੰ ਐਂ ਦੱਸ ਵੀ ਭਾਬੀ ਕੀ ਕਰਦੀ ਆ? ਕਰਨਾ ਕੀ ਆ ਪੁੱਤ, ਫਰਸ ਧੋਣ ਲੱਗ ਰਹੀ ਆ, ਆਹੀ ਨਹੀਂ ਕੁੱਚਾ ਕਾਚੀ ਲੋਟ ਆਉਂਦਾ, ਹੋਰ ਤਾਂ ਕੁਛ ਨਹੀਂ ਕਰ ਸਕਦੀ। ਤੇ ਵੀਰਾ ਮੇਰਾ? ਪੁੱਤ ਹਜੇ ਤਾਂ ਆਇਆ ਨਹੀਂ, ਇੱਧਰ ਹੀ ਗਿਆ ਹੋਇਆ ਕੰਮ ਆ ਮੁੰਡਿਆਂ ਨਾਲ ਬਸ। ਹਾਂ, ਨਾਲੇ ਮੰਮੀ ਮੇਰੀ ਗੱਲ ਸੁਣ ਲਾ, ਤੂੰ ਬਾਹਲਾ ਭਾਬੀ ਨੂੰ ਨਾ ਸਿਰ 'ਤੇ ਨਾ ਚੜਾਈ, ਠੀਕ ਆ ਨਾ? ਕਿਤੇ ਉਹਦੇ ਨਾਲ ਕੰਮ ਕੁੰਮ ਜਿਹਾ ਕਰਾਉਣ ਲੱਗ ਜੇ ਨਾ, ਆਪਾਂ ਭਲਾ ਉਹਨੂੰ ਵਿਆਹ ਕੇ ਘਾਤੋਂ ਲਿਆਂਦਾ ਸੀ? ਆਪੇ ਕਰ ਲਿਆ ਕਰੂਗੀ ਕੰਮ, ਤੂੰ ਆਰਾਮ ਨਾ ਪਿਆ ਕਰ। ਮੈਂ ਤਾਂ ਪੁੱਤ ਪੈਰ 'ਤੇ ਮਿੱਟੀ ਨਹੀਂ ਪੈਣ ਦਿੰਦੀ, ਮੈਂ ਤਾਂ ਸਾਰੇ ਕੰਮ ਇਹਦੇ ਗਲ ਪਾਏ ਹੋਏ ਆ, ਮੇਰੀ ਤਾਂ ਚਾਹ ਵੀ ਬੈੱਡ 'ਤੇ ਆਉਂਦੀ ਆ ਤੜਕੇ 5 ਵਜਦੇ ਨੂੰ। ਨਾਲੇ ਮੰਮੀ ਮੇਰੀ ਇੱਕ ਗੱਲ ਹੋਰ ਸੁਣ ਲਾ, ਵੈਸੇ ਵੀ ਇਹਨਾਂ ਨੂੰ ਵੀਰੇ ਤੋਂ ਜੁੱਤੀਆਂ ਜੱਤੀਆਂ ਲਵਾਉਂਦੀ ਰਿਹਾ ਕਰ, ਪਤਾ ਕੀ ਗੱਲ ਆ, ਦਿਮਾਗ ਹੌਲਾ ਰਹਿੰਦਾ ਹੈ। ਦਿਨ 'ਚ ਪੁੱਤ 7 ਵਾਰ ਕੁੱਟ ਪੈਂਦੀ ਹੈ ਇਹਦੇ। ਹਾਂ, ਮੇਰੇ ਮੂਹਰੇ ਤਾਂ ਸਾਹ ਨਹੀਂ ਕੱਢਦੀ। ਇਹੋ ਜਿਹੀਆਂ ਨਾ ਅਈ ਲੋਟ ਆਉਂਦੀਆਂ ਨੇ ਮਾਂ, ਮੈਂ ਤੈਨੂੰ ਦੱਸਾਂ। ਹਾਂ, ਅਈ ਦਬਾਅ ਪਾ ਕੇ ਰੱਖੀ ਇਹ 'ਤੇ। ਚੱਲ ਪੁੱਤ ਹੋਰ ਗੱਲਾਂ ਤਾਂ ਛੱਡ, ਤੂੰ ਮੈਨੂੰ ਐਂ ਦੱਸ, ਤੈਂ ਰੋਟੀ ਖਾ ਲਈ? ਕਿੱਥੇ ਮਾਂ, ਹਜੇ ਖਾਧੀ ਰੋਟੀ ਮੈਂ ਤਾਂ ਹਜੇ ਬਣਾ ਕੇ ਆਈ ਹਾਂ। ਆ ਸੱਸ ਜੀ ਲੱਗੀ ਹੋਈ ਹੈ ਮੇਰੀ ਕਦੋਂ ਦੀ ਘਿਓ ਕੱਢਣ, ਫਿਰ ਖਾਂਦੀ ਹਾਂ ਮੈਂ ਜਾ ਕੇ। ਤੂੰ ਐਂ ਦੱਸ ਵੀ ਤੂੰ ਖਾ ਲਈ ਰੋਟੀ? ਮੈਂ ਤਾਂ ਪੁੱਤ 8 ਵਜਦੇ ਨਾਲ ਰੋਟੀ ਖਾ ਲੈਂਦੀ ਹਾਂ, ਆਪਾਂ ਤਾਂ ਖਾ ਪੀ ਕੇ ਵਿਹਲੇ ਬੈਠੇ ਰਹਿੰਦੇ, ਆਪਾਂ ਕਿਹੜਾ ਕੋਈ ਕੰਮ ਕਰਨਾ ਹੈਗਾ। ਉਹ ਵਧੀਆ ਮਾਂ, ਤੂੰ ਤਾਂ ਵਿਹਲੀ ਰਹਿੰਦੀ ਆ, ਐਂ ਕਰੀ ਨਾ ਇੱਕ ਦਿਨ ਆ ਕੇ ਗੇੜਾ ਮਾਰ ਜਾ। ਕੋਈ ਨਾ ਪੁੱਤ, ਮਾਰੂੰਗੀ ਗੇੜਾ। ਚੰਗਾ ਕੁੜੇ, ਹੁਣ ਮੈਂ ਨਾ ਲਾ। ਚੱਲ ਠੀਕ ਹੈ, ਚੰਗਾ ਜਾ ਨਾ ਲਾ, ਫਿਰ ਕਰਦੀ ਹਾਂ। ਚੰਗਾ ਮੈਂ, ਓਕੇ ਠੀਕ ਆ। ਇਹਨੂੰ ਮੈਂ ਪੁੱਛਦੀ ਹਾਂ ਕਿਵੇਂ ਲਾਈਟ ਫੂਕਦੇ ਹੁੰਦੇ ਨੇ, ਬਿਲ ਤੇਰਾ ਬਾਪ ਭਰੂਗਾ ਸਿਵਿਆਂ 'ਚ ਆ ਕੇ, ਤੜਕੀ ਛੱਡ ਲੈਂਦੀ ਆ ਮੋਟਰ। ਤੇਰੀਆਂ ਬਾਹਾਂ ਟੁੱਟੀਆਂ ਨੇ, ਇਹਨੂੰ ਤੋੜ ਦਿਆਂ ਦੇ ਕੇ ਗੇੜਾ, 2 ਬਾਲਟੀਆਂ ਚੱਕ ਲਿਆ ਕਰ, ਮੋਟਰ ਛੱਡ ਲਈ ਹੈ। ਖਾਣਾ ਖਾਣਾ ਹੀ ਆਉਂਦਾ ਤੈਨੂੰ, ਕੰਮ ਨੀ ਕਰਨਾ ਆਉਂਦਾ? ਕਰਦੀ ਕੀ ਆ ਲੱਗੇ ਦਗਾੜੇ ਵਾਲੀ, ਨਾਲੇ ਮੈਂ ਨਹਾਉਣੇ ਗਾ, ਮੇਰੇ ਕੱਪੜੇ ਪ੍ਰੈਸ ਕਰਤੇ। ਮੰਮੀ ਦੀ ਕੱਲ ਲਾਈਟ ਨਹੀਂ ਸੀਗੀ। ਅੱਛਾ, ਆ ਬਹਾਨੇ ਤੂੰ ਹੀ ਲਾਉਣ ਜਾਣਦੀ ਹੈ, ਤੇ ਹੁਣ ਤਾਂ ਹੈਗੀ ਹੈ, ਹੁਣ ਤਾਂ ਗਾਲ ਦਿੰਦੀ। ਆਪਣਾ ਉਹਨੂੰ ਬੰਦ ਕਰ ਦੇ।
ਚਪਲੀਆਂ ਦੀ ਘਾਟ ਰਹਿੰਦੀ ਆ ਤੈਨੂੰ, ਚੱਜ ਨਾਲ ਲਾਉਂਦਾ ਨੀ ਤੇਰੇ। ਹਾਂ ਮੈਂ ਤਾਂ ਆ ਗਿਆ, ਐਂ ਕਰ ਪਾਲੀ ਮਾੜਾ ਚਾਹ ਦੀ ਘੁੱਟ ਬਣਾ ਕੇ ਲਿਆ ਯਾਰ। ਤੂੰ ਮੇਰੀ ਗੱਲ ਸੁਣਦੀ ਕਾਹਤੋਂ ਨਹੀਂ ਹੁੰਦੀ, ਕੱਪੜੇ ਪ੍ਰੈਸ ਕਰਦਾ ਕੱਪੜੇ ਪ੍ਰੈਸ ਕਰਦਾ, ਪ੍ਰਿੰਸੀਪਲ ਲੱਗੀ ਆ ਕੱਪੜੇ ਪ੍ਰੈਸ ਨੂੰ ਉਹ। ਲਿਆ ਦੇ ਤੇਰੀ ਨਹੀਂ ਸਮਝਦੀ ਮੈਨੂੰ, ਇਹ ਦੱਸ ਉਹਨੇ ਘਰੇ ਰਹਿਣਾ, ਬਾਹਰ ਅੰਦਰ ਹੋ ਨਹੀਂ ਜਾਂਦੀ ਵੀ ਕੱਪੜੇ ਪ੍ਰੈਸ ਨੂੰ, ਤਾਂ ਕਹਿ ਦੀਏ ਬੰਦਾ ਕਰਾ ਕੱਪੜੇ ਪ੍ਰੈਸ ਕਰਕੇ ਪਾਊਗਾ। ਛੇਤੀ ਲਿਆ ਦੀ ਹੁਣ ਉਹ ਨਾਲ ਖੜੀ ਰਹੀ। ਮੈਨੂੰ ਲੱਗਦਾ ਕੋਈ ਆ ਗਿਆ, ਆਹੀ ਤੁਰੀ ਆਉਂਦੀ ਹੈ, ਇੱਕ ਤਾਂ ਇਹ ਨਹੀਂ ਮੇਰਾ ਖੜਾ ਛੱਡਦੀ। ਡਿੰਪਲ ਪੁੱਤ, ਪੁੱਤ ਪੈ ਗਈ ਸੀ, ਕੀ ਹੋ ਗਿਆ ਮਾਂ? ਹੁਣ ਆ ਕੀ ਪੁੱਤ, ਮੈਂ ਤੈਨੂੰ ਐਂ ਕਹਿੰਦੀ ਸੀ ਧੁੱਪ ਵਾਲੀ ਚੜੀ ਜਾਂਦੀ ਆ, ਜਿਹੜੇ ਚਾਰ ਕੁ ਭਾਂਡੇ ਪਏ ਉਹ ਚੱਕ ਦੇ। ਦੱਸ ਲੈ ਕੀ ਆ ਮਾਂ ਭਾਂਡਿਆਂ ਨੂੰ, ਮੇਰੇ ਤਾਂ ਸਿਰ ਬਾਹਲਾ ਦਰਦ ਹੋਈ ਜਾਂਦਾ। ਚੱਲ ਕੋਈ ਨੀ, ਸਿਰ ਦਰਦ ਹੁੰਦਾ ਫਿਰ ਦਵਾਈ ਦਵਾ ਦਿੰਦੇ ਹਾਂ ਕੋਈ। ਦਵਾਈ ਤਾਂ ਮੈਂ ਲੈ ਲਈ ਸੀ, ਗੋਲੀ ਜੀ ਹੈਗੀ ਸੀ ਪਈ, ਲੈ ਲਈ ਆਓ ਤਾਂ ਮੈਂ ਹੁਣ, ਮੈਨੂੰ ਐਂ ਵੀ ਮੈਂ ਆਰਾਮ ਕਰ ਲਾਂ। ਚੱਲ ਕੋਈ ਨੀ, ਮੈਂ ਤਾਂ ਚਾਹ ਦਾ ਕਹਿੰਦੀ ਸੀ 11 ਵੱਜ ਗਏ, ਹੁਣ ਚਾਹ ਬਣਾ ਲੈਂਦੀ ਨਾਲੇ।
ਅੱਛਾ ਹੁਣ ਤਾਂ ਫੂਕ ਕੇ ਆਈ ਸੀ, ਦੱਸ ਲੈ ਕੀ ਹੋਈ ਜਾਂਦਾ ਤੁਹਾਨੂੰ? ਮੈਂ ਇੱਥੇ ਬਿਮਾਰ ਪਈ ਆ, ਤੁਸੀਂ ਚਾਹ ਲਾਈ ਆ, ਉਹ ਪਈ ਆ ਥਰਮਸ ਜਾ ਪੀ ਲਾ ਮਾਂ ਚਾਹ। ਮਾਂ ਮੇਰੀ ਗੱਲ ਸੁਣਾ, ਦੇਖੀ ਚਾਹ ਨੂੰ ਕੀ ਆ, ਹੈਂ ਚਾਹ ਦੋ ਜਾਣੇ ਦੀ ਚਾਹ ਬਣਾਉਣੀ ਜਾਂ ਬਣਾ ਲਾ ਨਾ ਤੂੰ, ਕਿਉਂ ਮੈਨੂੰ ਐਂ ਤੰਗ ਕਰਦੇ ਹੁੰਦੇ ਹੋ? ਫਿਰ ਤੂੰ ਉਹਨੂੰ ਕਹਿੰਦੀ ਉਹ ਮੇਰੇ ਦੁਆਲੇ ਹੋ ਜਾਂਦਾ। ਚੱਲ ਕੋਈ ਨੀ ਪੁੱਤ, ਮੈਂ ਤਾਂ ਕੀ ਕਹਿਣਾ ਗਾ, ਦੱਸਦਾ ਮਾਂ ਖੜਤਾ ਜਾ, ਪੈਂਚਰ ਹੋ ਗਿਆ ਖੇਤੇ ਖੜਿਆ। ਮੈਂ ਹਾਂ ਚੱਲ ਕੱਖਾਂ ਦੀ ਲੋੜ ਹੈ, ਪਹਿਲਾਂ ਕੱਖ ਲੈ ਜਾਂਦਾ, ਰੋੜ ਕੀ ਲਿਆਇਆ ਮੈਂ ਤਾਂ। ਪਾਣੀ ਦੇਈ ਮਾਂ? ਲੈ ਪੜਾ ਦਿੰਦੀ ਆ ਪਾਣੀ, ਆ ਲੈ ਪਾਣੀ ਪੀ ਲੈ। ਤੈਨੂੰ ਤੜਕੀ ਭਾਂਡਿਆਂ 'ਚ ਛੱਡ ਕੇ ਗਿਆ ਸੀ ਮੈਂ, ਹੁਣ ਆਇਆ ਹੁਣ ਵੀ ਭਾਂਡੇ ਤੇਰੇ ਨਿਬੜੇ ਨਹੀਂ ਹਜੇ ਭਾਂਡੇ। ਫਿਰ ਪੁੱਤ ਇਹ ਨਾ ਅੰਦਰ ਪਏ ਸੀ, ਬਹੂ ਨੇ ਰੋਟੀ ਖਾ ਕੇ ਅੰਦਰ ਹੀ ਰੱਖ ਦੇ ਕਿਤੇ, ਉਹ ਪਈ ਆ ਉਹਦਾ ਸਿਰ ਦੁਖੀ ਆਉਂਦਾ, ਹੁਣ ਚੱਕ ਕੇ ਲਿਆਈਆਂ। ਮੈਂ ਚੱਲ ਮਾਂ ਜੀ ਦੇਵਾਂ ਫਿਰ। ਅੱਛਾ ਆਪਦੇ ਵੀ ਭਾਂਡੇ ਨਹੀਂ ਮਾਂਜੇ ਹੈ? ਵੀ ਉਹਦਾ ਸਿਰ ਦੁਖਦਾ ਗਾ ਤਾਂ ਨਹੀਂ ਉਹ ਤੋਂ ਉੱਠਿਆ ਗਿਆ ਗਾ। ਚੰਗੀ ਪਲੀ ਤਾਂ ਰਾਤ ਸੋਈ ਦੀ, ਸਰ ਕਿੱਥੋਂ ਦਿਖਾਉਣ ਲੱਗ ਗਿਆ? ਜਦੋਂ ਮੋਬਾਈਲ ਦੇਖਦੀ ਉਦੋਂ ਤਾਂ ਸਿਰ ਦੁਖਦਾ ਨਹੀਂ ਹੈਗਾ ਉਹਦਾ। ਵੀ ਸਿਰ ਨੇ ਕਿਹੜਾ ਕਿਸੇ ਤੋਂ ਪੁੱਛ ਕੇ ਲੱਗਣਾ ਵੀ ਮੈਂ ਹੁਣ ਸਿਰ ਦੁਖਣ ਲੱਗਾ ਕਿ ਨਾ ਲੱਗਾ। ਤੂੰ ਵੀ ਉਹੀ ਗੱਲਾਂ ਕਰੀ ਜਾਂਦਾ, ਜਾਂ ਉਹਨੂੰ ਪੁੱਛ ਲੈ ਜਾ ਕੇ, ਜੇ ਨਹੀਂ ਹਟਿਆ ਤਾਂ ਡਾਕਟਰ ਤੋਂ ਗੋਲੀ ਲਿਆ ਕੇ ਦੇ ਦੇ। ਤੂੰ ਤਾਂ ਉਸ ਦੀ ਤਰਫਦਾਰੀ ਕਰੀ ਚੰਗਾ, ਕਦੇ ਨਾ ਕਹੀਂ ਉਹਨੂੰ ਕੰਮ ਨੂੰ ਲਾਈ ਨਾ ਚੰਗਾ। ਵੀ ਮੈਂ ਕੋਈ ਤਰਫਦਾਰੀ ਨਹੀਂ ਕਰਦੀ ਗੀ, ਕੋਈ ਨਹੀਂ ਆਪੇ ਲੱਗ ਜਾਣਾ ਉਹਨੇ ਹੌਲੀ ਹੌਲੀ। ਤੂੰ ਰੋਜ਼ ਰੋਜ਼ ਆਏ ਨਾ ਕਿਹਾ ਕਰ। ਹੁਣ ਐਂ ਪੁੱਛਾਂ ਵੀ ਤੇਰਾ ਸਿਰ ਦੁਖਦਾ ਹਟ ਗਿਆ? ਜੇ ਉਹਦਾ ਸਿਰ ਨਹੀਂ ਹਟਿਆ ਤਾਂ ਦਵਾਈ ਦਵਾ ਲਿਆ, ਤੈਨੂੰ ਐਂ ਕਹਿੰਦੀ ਹੈ ਕੋਈ ਚੱਜ ਦੇ ਡਾਕਟਰ ਨੂੰ ਦਿਖਾ ਦੇ। ਮੈਨੂੰ ਤਾਂ ਲੱਗਦਾ ਘੜੀ ਘੜੀ ਨਾਲੋਂ ਨਾ ਮੈਂ ਨਰਸ ਹੀ ਰੱਖ ਦੇਣਾ ਘਰੇ, ਦੇਖਭਾਲ ਕਰ ਲਿਆ ਕਰੂਗੀ ਉਹਦੀ। ਫਿਰ ਕਿਉਂ ਪਕਾਈ ਮਾਰੀ ਹੈ ਨਾ, ਜਾਂ ਉਹਨੂੰ ਪੁੱਛ ਲੈ ਜਾ ਕੇ। ਮੈਂ ਹੀ ਪਕਾਈ ਮਾਰਦਾ, ਉਹ ਕਾਹਤੋਂ ਰਿੰਗੀ ਜਾਂਦੀ ਹੈ ਹੁਣ? ਵੀ ਉਹ ਤਾਂ ਰਿੰਗਦੀ ਹੈ, ਕੱਟੀ ਖੁੱਲ ਗਈ ਸੀ ਮੈਂ ਅੰਦਰ ਬੰਨਤੀ, ਉਹ ਹੁਣ ਉਹਨੂੰ ਦੀਦੀ ਨਹੀਂ। ਅੱਛਾ ਅੱਛਾ ਤਾਂ ਕਰ ਰਿੰਗਦੀ ਹੈ, ਚੱਲ ਠੀਕ ਹੈ ਪਹਿਲਾਂ ਮੈਂ ਕੱਟੀ ਬਾਹਰ ਬੰਨਦਾ, ਨਹੀਂ ਤਾਂ ਹੀ ਰਿੰਗੀ ਜਾਊਗੀ ਇਹ। ਵੀ ਉਹਨੂੰ ਤਾਂ ਫੇਰ ਬਾਹਰ ਬੰਨਦੀ, ਤੂੰ ਪਹਿਲਾਂ ਬਹੂ ਨੂੰ ਪੁੱਛ ਲੈ ਕੋਈ ਦਵਾਈ ਲਿਆ ਦੇ ਸਕਦੀ ਉਹਨੂੰ। ਅੱਛਾ ਜਿਹੜਾ ਕਰਨ ਵਾਲਾ ਕੰਮ ਉਹ ਕਰ ਲਿਆ ਕਰ ਪਹਿਲਾਂ। ਹੁਣ ਇਹ ਮੂੰਹ ਚੱਕ ਕੇ ਤੁਰੇ ਆਉਂਦਾ, ਕਦੇ ਇਹਦੀ ਮਾਂ ਆ ਜਾਂਦੀ ਕਦੇ ਇਹ ਆ ਜਾਂਦਾ। ਮੈਂ ਤਾਂ ਬਿੰਦ ਕਾਇਂ ਦੇਖਦੀ ਸੀ ਵਿਚਾਰੇ ਕਿਸਾਨ ਕਿੱਥੇ ਤੱਕ ਪਹੁੰਚ ਗਏ। ਸਿਆਪਾ ਪਾਤਾ ਡਿੰਪਲ, ਡਿੰਪਲ ਹਾਂਜੀ ਕੀ ਦੁਖਦਾ ਹੁਣ ਤੇਰਾ? ਕੁਛ ਨੀ ਜੀ, ਮੈਨੂੰ ਤਾਂ ਚੱਕਰ ਜੇ ਆਉਂਦੇ ਸੀਗੇ। ਚੱਕਰ ਜੇ ਆਉਂਦੇ ਨੇ? ਹਾਂ। ਤਾਪ ਤੂਪ ਤਾਂ ਨਹੀਂ ਚੜਿਆ? ਨਾ ਤਾਪ ਤਾਂ ਨਹੀਂ, ਚੱਕਰ ਜੇ ਹੀ ਆਉਂਦੇ ਸੀ ਬਸ। ਯਾਰ ਰਾਤ ਤਾਂ ਚੰਗੀ ਭਲੀ ਦੀ, ਤੂੰ ਹੁਣ ਕੀ ਹੋ ਗਿਆ? ਤੁਸੀਂ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਹੋ? ਜੇ ਰਾਤ ਚੰਗੀ ਭਲੀ ਸੀ ਤਾਂ ਇੱਥੇ ਬੰਦੇ ਦਾ ਤਾਂ ਮਿੰਟ ਦਾ ਨਹੀਂ ਹੈ ਭਰੋਸਾ ਵੀ ਕੀ ਹੋ ਜੇ ਕੀ ਨਾ। ਪਰ ਮੈਂ ਤਾਂ ਊਂ ਕਹਿਣਾ ਵੀ ਰਾਤ ਤਾਂ ਚੰਗੀ ਭਲੀ ਤੇ ਹੋਈ, ਇੰਨੀ ਛੇਤੀ ਕੀ ਹੋ ਗਿਆ ਐਂ ਪੁੱਛਿਆ ਮੈਂ, ਤੂੰ ਤਾਂ ਹੋਰੇ ਪਾਸੇ ਲੈ ਜਾਂਦੀ ਗੱਲ ਨੂੰ। ਨਾ ਹੁਣ ਚੱਕਰ ਮੈਨੂੰ ਐਂ ਪੁੱਛਣਗੇ ਵੀ ਤੂੰ ਰਾਤ ਚੰਗੀ ਸੀ ਭਾਈ, ਦਿਨੇ ਨਹੀਂ ਤੈਨੂੰ ਆਉਂਦੇ,
ਐ ਹੋਊਗਾ ਭਲਾ? ਚੱਲ ਤੇਰੇ ਨਾਲ ਕੋਈ ਨਹੀਂ ਜਿੱਤ ਸਕਦਾ, ਚੱਲ ਡਾਕਟਰ ਤੋਂ ਦਵਾਈ ਦਵਾ ਕੇ ਲਿਆਵਾਂ ਕੋਈ ਟੀਕਾ ਟੱਲਾ। ਬਈ ਟੀਕਾ ਟੂਕਾ ਨਹੀਂ ਮੈਂ ਲਵਾਉਂਦੀ ਨਾ ਮੈਂ ਇੱਥੋਂ ਤੁਰਿਆ ਜਾਂਦਾ। ਮੈਂ ਤੁਹਾਨੂੰ ਦੱਸਾਂ, ਜਿਹੜੀ ਦਵਾਈ ਬੂਟੀ ਲਿਆ ਕੇ ਦੇਣੀ ਮੈਨੂੰ ਇੱਥੇ ਲਿਆ ਦਿਉ, ਮੇਰੇ ਤਾਂ ਬਾਹਲੇ ਚੱਕਰ ਆਉਂਦੇ। ਹੁਣ ਫਿਰ ਕੀ ਕਹਾਂ ਡਾਕਟਰ ਨੂੰ, ਮੈਨੂੰ ਐਂ ਤਾਂ ਦੱਸ ਦੇ। ਡਾਕਟਰ ਨੂੰ ਐਂ ਕਹਿ ਦੇ ਵੀ ਭਾਈ ਉਹਦਾ ਸਿਰ ਦਰਦ ਹੁੰਦਾ, ਚੱਕਰ ਆਉਂਦੇ ਨੇ, ਘੇਰ ਜੀ ਚੜ੍ਹਦੀ ਆ ਹੁਣ ਤਾਂ। ਚੱਲ ਲਿਆਉਣਾ ਫਿਰ। ਹੋਰ ਲਿਆ ਦੇ, ਮੇਰੇ ਤਾਂ ਲੱਤਾਂ ਬਾਹਾਂ ਵੀ ਇੰਨੀਆਂ ਦੁਖਦੀਆਂ ਨੇ, ਕਿਸੇ ਕੰਮ ਦੇ ਨੇ ਤੁਸੀਂ ਤਾਂ ਦੋ ਮਿੰਟ ਨਹੀਂ ਪੈਣ ਦਿੰਦੇ। ਗਾਲੀ ਪਏ ਨੇ ਮੇਰੇ ਤਾਂ, ਬਿੰਦ ਆਰਾਮ ਕਰਨਾ ਹੁੰਦਾ। ਆਹ ਦੇਖ ਉਹ ਜਾਂਦਾ ਕਿਵੇਂ ਬਾਰਾਂ ਵਾਲੀ ਬੱਸ ਲੈਂਦੇ। ਐਂ ਤਾਂ ਵੈਸੇ ਬੇਚਾਰਾ ਟੱਬਰ ਚੰਗਾ ਹੀ ਹੈ, ਇੰਨਾ ਮਾੜਾ ਵੀ ਨਹੀਂ। ਗੱਲ ਤਾਂ ਸਾਰੇ ਮੇਰੇ ਮਨ ਨਹੀਂ ਲੈਂਦੇ ਨੇ, ਆਹ ਵਧੀਆ ਕੰਮ ਆ। ਜਦੋਂ ਕਿਤੇ ਆਰਾਮ ਕਰਨਾ ਹੋਵੇ ਨਾ ਉਦੋਂ ਇਹਨਾਂ ਨੂੰ ਐਂ ਕਹਿੰਦੇ, ਕੋਈ ਮੇਰੇ ਤਾਂ ਲੱਤਾਂ ਦੁਖਦੀਆਂ ਨੇ, ਮੈਨੂੰ ਤਾਂ ਬੁਖਾਰ ਚੜਿਆ ਹੋਇਆ। ਲੋੜ ਕੀ ਸੀ ਚੁੱਲ੍ਹੇ ਤੇ ਕਰਨ ਦੀ? ਮੰਮੀ ਜੀ ਤੁਸੀਂ ਦੇਖ ਲੈਂਦੇ ਨਾ, ਫਿਰ ਮੈਂ ਰੋਟੀ ਨੂੰ ਲੇਟ ਹੋ ਗਈ, ਫਿਰ ਵੀ ਤੁਸੀਂ ਮੈਨੂੰ ਇਹ ਕਹਿਣਾ ਵੀ 12 ਵਜਾ ਦੇ? ਤੇਰੇ ਬਾਪ ਦੀ ਨੌਕਰ ਰੱਖੀ ਆ ਮੈਂ, ਮੈਂ ਦੇਖਾਂ ਕਾਹਤੋਂ ਦੇਖਾਂ? ਸਬਜ਼ੀ ਕੱਟਣ ਨੂੰ ਜਾ, ਤੂੰ ਉੱਥੇ ਖੜ ਜਾਂਦੀ, ਮਾਂ ਨੂੰ ਖੜਾ ਦਿੰਦੀ ਫਿਰ। ਮੰਮੀ ਜੀ ਕਹਿੰਦੇ ਮੈਂ ਗੰਡਿਆਂ ਚੋਂ ਮੁਸਕਾਉਣ ਲੱਗਿਆ ਹੱਥਾਂ ਚੋਂ, ਮੈਂ ਦੱਸੋ ਕੀ ਕਰਾਂ ਜੀ, ਮੇਰੇ 12 ਹੱਥ ਤੋੜੇ। ਮਾਂ ਫਿਰ ਤੂੰ ਵੀ ਇੱਕ ਪਾਸੇ ਹੋ ਜਾ ਕਰ, ਨਾ ਤਾਂ ਕੋਈ ਕੰਮ ਕਰਨਾ ਨਾ ਕਰਨ ਦੇਣਾ, ਜੇ ਤੂੰ ਖੜ ਜਾਂਦੀ ਲਵੇ ਤਾਂ ਕਿੱਡੀ ਗੱਲ ਦੀ ਫਿਰ? ਆਹੋ ਭਾਈ ਕਸੂਰ ਮੇਰਾ ਹੈ, ਆਪਦੀ ਤੀਵੀਂ ਨੂੰ ਨਾ ਕਹੀ, ਮੈਂ ਹੀ ਕਰਨਾ ਸੀ ਕੰਮ ਤਾਂ। ਐ ਨਹੀਂ ਕਹਿੰਦਾ ਮੈਂ, ਫਿਰ ਇੱਕ ਪਾਸੇ ਤਾਂ ਖੜ ਸਕਦੀ, ਚੱਲ ਜਾ ਆ ਚੀਰ ਲੈਂਦੀ ਜਾਓ, ਮੈਂ ਲੇਟ ਹੋਈ ਜਾਂਦਾ ਹੁਣ। ਚੱਲ ਤੂੰ ਉਹ ਸਾਹਮਣੇ ਜਾ ਕੇ ਅਮਾ ਮਾਰ ਦੇ ਹੱਥ, ਜਾਂ ਮਿੰਟ ਮਾਰ, ਮੈਂ ਲੇਟ ਹੋਈ ਜਾਂਦਾ, ਫਿਰ ਤੈਨੂੰ ਪਤਾ ਅਗਲਾ ਪ੍ਰਾਈਵੇਟ ਕੰਮ, ਅਗਲਾ ਕੱਢ ਦੂ ਨੌਕਰੀ ਤੋਂ। ਲਾ ਦੇ ਮਾਂ ਨੂੰ ਕੰਮ, ਲਾ ਦੇ ਆਹੀ ਤੈਨੂੰ ਰਹਿ ਗਿਆ ਤੂੰ ਦੇਖਣ। ਆਪ ਚੀਰਾਂ, ਮੈਂ ਚੀਰ ਲੈਣਾ। ਮਾੜੀ ਲਾਦ ਨੇ ਫਿਰ ਕਹਿੰਦੀ ਸਿਰ ਦੁਖਦਾ, ਮੋਬਾਈਲ ਨਾਲ ਸਿਰ ਨੀ ਦੁਖੂਗਾ ਆਪਣਾ, ਹੁਣ ਮੋਬਾਈਲ ਚਲਾਈ ਜਾਂਦੀ ਆ। ਮੇਰੀ ਗੱਲ ਸੁਣ ਲਓ ਜੀ, ਆ ਫੋਨ ਆ ਗਿਆ ਸੀ, ਆ ਹੁਣ ਫੋਨ ਵੀ ਨਾ ਚੱਕਾਂ ਮੈਂ ਕਿਸੇ ਦਾ। ਮੈਂ ਐਂ ਨਹੀਂ ਕਹਿੰਦਾ, ਦੇਖੀ ਤਾਂ ਤੂੰ ਰੀਲਾਂ ਰੂਲਾਂ ਜਿਹੀਆਂ ਜਾਂਦੀ ਹੈ। ਰੀਲਾਂ ਕੀ ਜਾਂਦੀ ਆ, ਉਂਗਲ ਜੀ ਵੱਜ ਗਈ, ਉਂਗਲ ਤੇ ਰੀਲ ਜੀ ਨਿਕਲ ਗਈ, ਦੇਖ ਲਈ ਮਾੜੀ ਜੀ ਕੀ ਹੋ ਗਿਆ। ਹੋਇਆ ਤਾਂ ਕੁਛ ਨਹੀਂ, ਮੈਂ ਤਾਂ ਉਹ ਕਹਿੰਦਾ ਵੀ ਸਿਰ ਦੁਖਦਾ ਤੂੰ ਮੋਬਾਈਲ ਇਹਨੂੰ ਬੰਦ ਕਰ ਦੇ। ਚੰਗਾ ਕਰ ਦਾਂਗੇ ਬੰਦ, ਕੀ ਕਹਿੰਦਾ ਡਾਕਟਰ? ਡਾਕਟਰ ਨਹੀਂ ਕਹਿਣਾ, ਕਹਿੰਦਾ ਤੇਜ਼ਾਬ ਬਣ ਰਿਹਾ ਹੋਣਾ ਜ਼ਿਆਦਾ, ਕਹਿੰਦਾ ਉਹਦੇ ਨਾਲ ਸਿਰ ਵੀ ਦੁਖਣ ਲੱਗ ਜਾਂਦਾ। ਤੂੰ ਇੱਕ ਵਾਰੀ ਆ ਤੇਜ਼ਾਬ ਦਾ ਕੈਪਸੂਲ ਖਾ ਲੈ, ਠੀਕ ਹੋ ਜਾਏਗਾ। ਐਂ ਕਰੋ ਵੀ ਰੱਖ ਦੋ, ਮੈਂ ਬਾਅਦ 'ਚ ਖਾ ਲਾਂਗੀ ਆਪੇ। ਓਹੋ, ਉਰੇ ਰੱਖ ਕੇ ਦੁਖਾ ਇਹਨੂੰ, ਖਲ 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 ਖਲ, ਹੋਰ ਠੀਕ ਹੋ ਜਾਏਗੀ ਛੇਤੀ। ਮੈਂ ਕਦੋਂ ਕਹਿਣਾ ਵੀ ਸੌਖੀ ਹੈ ਦਵਾਈ, ਮਾੜਾ ਮੋਟਾ ਕੰਮ ਕਰਾ ਦਿਆ ਕਰ ਮੰਮੀ ਨਾਲ, ਹੱਡ ਪੈਰ ਚੱਲਦੇ ਰਹਿੰਦੇ ਨੇ, ਤੰਦਰੁਸਤ ਰਹਿੰਦਾ ਬੰਦਾ। ਤੁਸੀਂ ਤਾਂ ਐਂ ਕਹਿੰਦੇ ਹੋ ਵੀ ਜਿਵੇਂ ਮੈਂ ਜਾਣ ਕੇ ਕਰਦੀ ਹਾਂ ਸਾਰਾ ਕੁਛ, ਜੇ ਮੈਂ ਬਿਮਾਰ ਹੋ ਗਈ ਦੱਸ ਮੈਂ ਕੀ ਕਰਾਂ? ਡਿੱਪਲ ਮੈਂ ਕਦੋਂ ਕਿਹਾ ਵੀ ਤੂੰ ਜਾਣ ਕੇ ਕਰਦੀ ਹੈ? ਮੈਂ ਤੈਨੂੰ ਇੱਕ ਵਾਰੀ ਵੀ ਕਿਹਾ, ਤੂੰ ਮੇਰੀ ਗੱਲ ਦਾ ਉਲਟ ਜਵਾਬ ਕਾਹਤੋਂ ਦਿੰਦੀ ਹੈ? ਫਿਰ ਤੁਸੀਂ ਕਿਉਂ ਉਲਟ ਸੋਚਦੇ ਹੋ?
ਤੁਹਾਨੂੰ ਹਰ ਵੇਲੇ ਐ ਹੁੰਦਾ ਵੀ ਮੇਰੀ ਮਾਂ ਕੰਮ ਕਰਦੀ ਆ, ਮੇਰੀ ਮਾਂ ਕੰਮ ਕਰਦੀ ਆ। ਤੁਸੀਂ ਐ ਨੀ ਸੋਚਦੇ ਵੀ ਡਿੰਪਲ ਵੀ ਬਿਮਾਰ ਆ, ਮੈਂ ਵੀ ਕਿਸੇ ਦੀ ਧੀ ਆ। ਜੇ ਭਾਈ ਜ਼ਿਆਦਾ ਮਾੜੀ ਲੱਗਦੀ ਆ ਫਿਰ ਮੈਂ 4 ਕੁ ਦਿਨ ਆਪਦੇ ਘਰੇ ਰਹਿ ਆਉਂਦੀ ਆ, ਹੋਰ ਕੀ ਆ, ਮੇਰੀ ਮਾਂ ਸਾਂਭਲੂਗੀ ਮੈਨੂੰ ਬਿਮਾਰ ਨੂੰ। ਯਾਰ ਤਾਂ ਹੀ ਤਾਂ ਮੈਂ ਵਿਆਹ ਕਰਾਇਆ ਸੀ, ਜੇ ਮੰਮੀ ਬਿਮਾਰ ਹੈ ਹੈਂ ਮਹਾਂ ਗੋਡਿਆਂ ਤੋਂ ਜਮੀ ਬੈਠ ਜੂਗੀ। ਵਾਹ, ਤਾਂ ਹੀ ਵਿਆਹ ਕਰਾਇਆ ਸੀ, ਘਰ ਵਾਲੀ ਨੀ ਲਿਆਂਦੀ, ਨੌਕਰਾਣੀ ਲਿਆਂਦੀ ਆ ਵੀ ਮੇਰੀ ਮਾਂ ਬਿਮਾਰ ਸੀ। ਓਹੋ ਡਿੰਪਲ, ਫਿਰ ਉਹੀ ਗੱਲ ਦੁਬਾਰੇ, ਫਿਰ ਉਹੀ ਗੱਲ, ਹਰੇਕ ਗੱਲ ਉਲਟ ਪਾਸੇ ਲੈ ਕੇ ਜਾਣੀ ਆ ਪਤਾ ਨੀ ਕਾਹ ਤੋਂ। ਚੱਲ ਛੱਡ ਯਾਰ, ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ। ਸਮਝਾਓ, ਮੇਰੀ ਗੱਲ ਸੁਣ ਲੈ, ਤੇ ਕਈ ਨਾਲ ਗੱਲ ਤਾਂ ਸੁਣ, ਫੇਰ ਹੀ ਸਮਝਾਊਂਗਾ। ਮਾਂ ਨੂੰ ਗੱਠੀ ਹੈ ਤਾਂ ਕਰਕੇ ਉਹਨੂੰ ਤੁਰਨਾ ਬਹੁਤ ਔਖਾ। ਤੈਨੂੰ ਪਤਾ 4 ਵਜੇ ਉੱਠਦੀ ਕਿਵੇਂ ਆ, ਮਸਾਂ ਲੱਤਾਂ ਸਿੱਧੀਆਂ ਕਰਦੀਆਂ। ਜੇ ਉਹਨੂੰ ਗੱਠੀਆ ਤਾਂ ਤੁਸੀਂ ਉਹਨੂੰ ਕੋਈ ਦਵਾਈ ਬੂਟੀ ਕਰਾਓ ਨਾ ਚੱਜ ਦੀ। ਉਹ ਯਾਰ ਦਵਾਈ ਤਾਂ ਚੱਲਦੀ ਹੈ PGI 'ਚੋਂ, 3-4 ਮਹੀਨੇ ਤਾਂ ਹੋ ਗਏ ਦਵਾਈ ਚੱਲਦੇ ਨੂੰ। ਫਿਰ ਮੈਂ ਹੁਣ ਦੱਸ ਕੀ ਕਰਾਂ, ਜੇ ਦਵਾਈ ਚੱਲਦੀ ਨਹੀਂ ਠੀਕ ਹੁੰਦੀ ਤਾਂ ਮੈਂ ਫਾਹ ਲੈ ਲਾ ਦੱਸ। ਮੈਂ ਐਂ ਕਹਿਣਾ, ਚੱਲ ਤੂੰ ਉਹਦੇ ਨਾਲ ਤਾਂ ਨਹੀਂ ਕਰਾਉਂਦੀ, ਆਪਾਂ ਉਹਨੂੰ ਵਿਹਲੀ ਕਰ ਦਿੰਦੇ ਹਾਂ। ਤੂੰ ਮੇਰੇ ਨਾਲ ਤਾਂ ਕਰਾ ਦਿਆ ਕਰ, ਜਿਵੇਂ ਕੱਖ ਖੁੱਟਣੇ ਨੇ ਰੁੱਗ ਲਾ ਦਿਆ ਕਰ, ਹੈਂ ਤਾਰਾਂ ਕਢਾ ਦਿਆ ਕਰ ਮੇਰੇ ਨਾਲ। ਮੈਂ ਸੰਨੀ ਛਿੜਕ ਦਿਆ ਕਰੂੰਗਾ, ਤੂੰ ਗੋਹਾ ਗਾਹਾ ਚੱਕ ਦਿਆ ਕਰ, ਤੈਨੂੰ ਚੁਕਾ ਦਿਆ ਕਰੂੰਗਾ ਮੈਂ। ਹੁਣ ਮੈਂ ਜਦੋਂ ਬੀਹੀ 'ਚ ਤਾਂਸਲਾ ਲੈ ਕੇ ਜਾਂਦਾ, ਹਰੇਕ ਲੋਕ ਦੇਖਦੇ ਨੇ। ਇੱਕ ਮੇਰੀ ਗੱਲ ਸੁਣ, ਉਹ ਤੈਨੂੰ ਇਹ ਕਹਿਣਗੇ, ਕਹਿਣਗੇ ਬਹੂ ਜਮਲਾ ਰੱਖੀ ਆ, ਨਾ ਤੇਰੀ ਬਦਨਾਮ ਹੋਊਗਾ ਮੇਰਾ ਨੀ। ਮੈਨੂੰ ਨੀ ਕੋਈ ਕਹਿੰਦਾ, ਜੇ ਤੁਹਾਡੇ ਵਰਗੇ ਬਾਹਰ ਜਾ ਕੇ ਭੌਂਕਣਗੇ ਨਾ ਫੇਰ ਹੀ ਲੋਕਾਂ ਨੂੰ ਪਤਾ ਲੱਗੂ, ਐਂ ਕਿਸੇ ਨੂੰ ਕੀ ਪਤਾ ਹੈ। ਨਾਲੇ ਦੂਜੀ ਗੱਲ ਮੇਰੀ ਵੀ ਸੁਣ ਲਓ ਤੁਸੀਂ ਧਿਆਨ ਨਾਲ, ਮੈਂ ਨੀ ਗੋਹਾ ਕੂੜਾ ਚੁੱਕਦੀ, ਠੀਕ ਆ ਨਾ। ਮੈਂ ਉਹਦੇ ਵਿਆਹ ਕੇ ਆਈ ਆ, ਕੋਈ ਕੰਮ ਵਾਲੀ ਨੀ ਹੈਗੀ। ਜੇ ਬਾਹਲਾ ਤੁਹਾਨੂੰ ਕੰਮ ਦਾ ਹੁੰਦਾ ਫਿਰ ਭਾਈ ਕੋਈ ਕੰਮ ਵਾਲੀ ਲਾ ਲਓ ਘਰੇ, ਹਾਂ। ਜੇ ਨਹੀਂ ਉਹ ਵੀ ਹੁੰਦਾ ਤਾਂ ਫਿਰ ਆਪਦੇ ਡੰਗਰ ਬੱਚੇ ਜੇ ਵੇਚ ਦਿਓ। ਯਾਰ ਕੰਮ ਵਾਲੀ ਤੈਨੂੰ ਪਤਾ ਕਿੰਨੇ ਪੈਸੇ ਲੈਂਦੇ ਨੇ ਹੁਣ, ਐਡਾ ਕਿੱਡਾ ਕੁ ਆਪਣੇ ਟਰਾਲੇ ਚੱਲਦੇ ਨੇ ਇੱਥੇ, ਭਲਾਂ ਵੀ ਦੇਈ ਜਾਵਾਂਗੇ ਆਪਾਂ। ਜੋ ਮਰਜ਼ੀ ਕਰੋ, ਮੈਥੋਂ ਕੰਮ ਨਹੀਂ ਹੁੰਦਾ, ਨਹੀਂ ਹੁੰਦਾ ਸਮਝ ਲਓ ਮੇਰੀ ਗੱਲ ਨੂੰ, ਬਸ ਮੈਂ ਤਾਂ ਤੁਹਾਨੂੰ ਦੱਸਤਾ, ਵੇਚ ਦਿਓ ਜਾ ਕੇ ਭਾਈ। ਹਾਂ, ਇਹਨਾਂ ਦਾ ਵੀ ਜਾਬੀ ਆ, ਸਾਰਾ ਦਿਨ ਇਹਨਾਂ ਦਾ ਮਗਰ ਮਗਰ ਰਹੋ, ਸਵੇਰ ਦੇ ਉੱਠ ਜਾਓ, ਕਦੇ ਨਾ ਨਵਾਓ, ਕਦੇ ਨਾ ਸੰਨੀਆਂ ਰਲਾਓ, ਇਹੀ ਕੰਮਾਂ ਨੂੰ ਰਹਿ ਗਈ ਮੈਂ ਤਾਂ। ਉਹ ਬੋਲੀ ਜਾਂਦੀਆਂ, ਮੇਰੀ ਵੀ ਤਾਂ ਗੱਲ ਸੁਣ ਲੈ। ਜਦੋਂ ਸ਼ਗਨ ਪਿਆ ਤੀ ਆਪਣਾ, ਤੇਰੇ ਯਾਦ ਹੋਣਾ, ਉਦੋਂ ਮੈਂ ਪਹਿਲੀ ਗੱਲ ਇਹ ਖੋਲੀ ਸੀ ਵੀ ਕੰਮ ਕਰਨਾ ਪਊਗਾ ਸਾਰਾ, ਉਦੋਂ ਹਾਂ ਕਾਹਤੋਂ ਕਰੀ ਸੀ। ਅੱਛਾ, ਜਿਵੇਂ ਉਦੋਂ ਹਾਂ ਨਾ ਕਰਦੀ ਫਿਰ ਕੀ ਰਹਿ ਜਾਏ, ਵੀ ਤੁਹਾਡੇ ਉੱਥੇ ਇੰਨੇ ਬੰਦੇ ਆ, ਸ਼ਗਨ ਤਾਂ ਪੈ ਗਿਆ ਸੀ, ਫਿਰ ਉੱਥੇ ਨਾ ਕਰ ਦਿੰਦੀ, ਸ਼ੁਕਰ ਮਨਾਓ ਵੀ ਇੱਜ਼ਤ ਰੱਖ ਲਈ ਸੀ। ਯਾਰ ਮੈਨੂੰ ਥੋੜ੍ਹੀ ਐਂ ਪਤਾ ਦੀਦੀ, ਜਾ ਕੇ ਕੰਮਾਂ ਤੋਂ ਟਲੇਗੀ। ਕੰਮਾਂ ਤੋਂ ਟਲੇਗੀ, ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਤੀ ਬਸ, ਵੀ ਭਾਈ ਮੈਂ ਕੰਮ ਨਹੀਂ ਕਰ ਸਕਦੀ ਗੋਹੇ ਕੂੜੇ ਦਾ, ਠੀਕ ਹੈ, ਅਤੇ ਮੇਰੇ ਨਾਲ ਬਾਹਲੀ ਦੱਸਣ ਦੀ ਲੋੜ ਨਹੀਂ। ਆਹ ਹੁਣ ਤਾਂ ਦਵਾਈ ਖਾਧੀ ਆ, ਹਜੇ ਤੱਕ ਤਾਂ ਹੀ ਨਹੀਂ, ਮੈਂ ਤਾਂ ਹੀ ਕਹਾਂ ਵੀ ਸਿਰ ਕਿਉਂ ਨਹੀਂ ਮੇਰਾ ਦਰਦ ਹੁਣ ਹਟਦਾ। ਮੈਂ ਤਾਂ ਤੁਹਾਨੂੰ ਬਸ ਦੱਸਤੀ ਗੱਲ, ਮੇਰੇ ਨਾਲ ਬਾਹਲੀ ਦੱਸਣ ਦੀ ਲੋੜ ਨਹੀਂ, ਠੀਕ ਹੈ ਨਾ। ਸਿਰ ਦਰਦ ਹੋ ਰਿਹਾ, ਇੰਨਾ ਤੰਗ ਨਾ ਮੈਨੂੰ ਕਰਿਆ ਕਰੋ, ਜਾਓ ਜਾ ਕੇ ਆਪਦੀ ਮਾਂ ਨਾਲ ਕੰਮ ਕਰਾ ਲਓ ਜਾ ਕੇ। ਆਪਦੀ ਮਾਂ ਨੂੰ ਤਾਂ ਕੁਛ ਨਹੀਂ ਕਹਿੰਦਾ, ਮੈਂ ਤਾਂ ਜਿਵੇਂ ਕੰਮ ਵਾਲੀ ਹਾਂ ਇੱਥੇ, ਨਾਲੇ ਇਹਨਾਂ ਨੂੰ ਰੋਟੀਆਂ ਪੂੜੇ ਪਕਾ ਕੇ ਦਿਓ, ਨਾਲੇ ਸਾਰੇ ਘਰ ਦਾ ਕੰਮ ਕਰੋ, ਫਿਰ ਵੀ ਇਹਨਾਂ ਤੋਂ ਗੱਲਾਂ ਸੁਣੋ। ਹਾਂ, ਇਹੀ ਕੰਮ ਨੂੰ ਰੱਖੀ ਹੋਈ ਹੈ ਨਾ ਮੈਂ ਇੱਥੇ ਘਰ 'ਚ।